ਜਾਂ ਦਿੱਲੀ ਵਾਂਗ 2 ਸਾਲ ਬੈਠਣਾ ਪੈ ਜਾਵੇ ਸਾਨੂੰ ਕੋਈ ਚੱਕਰ ਨਹੀਂ, ਅਸੀਂ ਦਿੱਲੀ ਵੀ ਡਟ ਕੇ ਸੇਵਾ ਕਰੀ ਆ, ਉਰੇ ਵੀ ਡਟ ਕੇ ਸੇਵਾ ਕਰਾਂਗੇ, ਸਾਨੂੰ ਕਿਸੇ ਦਾ ਡਰ ਨਹੀਂ ਹੈਗਾ। ਦੁੱਧ ਪਾਣੀ ਕੋਈ ਚੱਕਰ ਨਹੀਂ, ਜਿੰਨਾ ਟਾਈਮ ਚੱਲੂ ਧਰਨਾ ਡਟ ਕੇ ਭਾਨੇਬਾਜ਼ੀ ਦੇ ਨਾਲ ਖੜੇ ਹਾਂ, ਬੈਰੀਕੇਡ ਤੋੜ ਕੇ ਉਰੇ ਪਹੁੰਚੇ ਹਾਂ, ਗੱਲ ਨਾਲ ਹੀ ਜਾਵਾਂਗੇ, ਬਿਨਾਂ ਭਾਨੇ ਲਈ ਨਹੀਂ ਜਾਂਦੇ ਹੈਗੇ। ਸਾਰੀ ਆਮ ਆਦਮੀ ਪਾਰਟੀ ਦਾ ਬਾਈਕਾਟ ਕਰੋ। ਸੰਗਰੂਰ ਜ਼ਿਲ੍ਹਾ ਦਾ ਠੋਕ ਕੇ ਕਰਦਾ ਜੀ, ਜ਼ਿਲ੍ਹਾ ਬਦਲੀ ਜਦੇ ਕਰ ਦਿੰਦੇ ਨੇ ਬੰਦੇ ਨੂੰ, ਜਿਹੜਾ ਹਾਂ ਜ਼ਿਲ੍ਹਾ ਉਹ ਲਵਾਇਆ ਸਿਮਰਜੀਤ ਮਾਨ ਜਿਤਾਇਆ। ਪਹਿਲਾਂ ਬਦਲਾਵ ਹੀ ਬਦਲਾਵ ਨੂੰ ਵੋਟਾਂ ਪਾਏ ਸੀ ਆਪਾਂ ਸਾਰਿਆਂ ਨੇ, ਆਹ ਬਦਲਾਵ ਦੇਖ ਲਓ ਜੀ, ਸੜਕਾਂ 'ਤੇ ਰੋਲਦੇ ਹਾਂ। ਮੇਰੀ ਵੀ ਬਾਹਰ ਜਾਣ ਦੀ ਉਹ ਸੀ, ਪਰ ਨਹੀਂ ਆਪਾਂ ਸਾਡਾ ਵੀ ਕੋਈ ਚੱਕਰ ਨਹੀਂ, ਬਾਹਰਲਾ ਬਾਅਦ 'ਚੋਂ ਦੇਖਾਂਗੇ, ਪਹਿਲਾਂ ਭਾਨੇਬਾਜ਼ੀ ਦੇ ਨਾਲ ਖੜਾਂਗੇ। ਸੰਗਰੂਰ ਦੇ ਵਿੱਚ ਖੜਾਂਗੇ ਦੋਸਤੋ, ਸੰਗਰੂਰ ਦੇ ਵਿੱਚ ਭਾਨੇ ਦੇ ਹੱਕ ਦੇ ਵਿੱਚ ਲੋਕ ਆਏ ਹੋਏ ਨੇ, ਸੰਗਤ ਆਈਆਂ ਹੋਈਆਂ ਨੇ, ਕਿਤੇ ਇੱਥੇ ਜਿਹੜਾ ਮਾਹੌਲ ਹੈ ਦਿੱਲੀ ਦੇ ਸਿੰਘੂ ਬਾਰਡਰ ਵਰਗਾ ਬਣ ਚੁੱਕਿਆ, ਦੇਖ ਸਕਦੇ ਹੋਗੇ ਲੰਗਰ ਜਿਹੜਾ ਚਾਹ ਦਾ ਲੰਗਰ ਹੈਗਾ ਸੇਵਾਦਾਰ ਨੌਜਵਾਨ ਸਭਾ ਮੰਡੀਆਂ ਵੱਲੋਂ ਲਾਇਆ ਗਿਆ ਹੈਗਾ, ਅਤੇ ਇੱਥੇ ਜਿਹੜਾ ਮਾਹੌਲ ਹੈਗਾ, ਜਿਹੜਾ ਅੱਜ ਜੇ ਆਪਾਂ ਯਾਦ ਕਰ ਲਈਏ ਵੀ ਦਿੱਲੀ ਵਾਲਾ ਮਾਹੌਲ ਬਣ ਗਿਆ, ਸਿੰਘੂ ਬਾਰਡਰ ਦੇ ਉੱਤੇ ਡੇਰੇ ਲਾਏ ਸੀਗੇ ਭਾਈ ਕਿਸਾਨਾਂ ਨੇ ਜਾ ਕੇ ਆਪਦੇ ਹੱਕ ਲੈਣ ਦੇ ਲਈ, ਅਤੇ ਹੁਣ ਇਸ ਸਮੇਂ ਹੱਕ ਲੈਣ ਦੇ ਲਈ CM ਮਾਨ ਦੇ ਜਾਂ ਫਿਰ ਕਹਿ ਸਕਦੇ ਹਾਂ ਕਿ CM ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਉਹੀ ਮਾਹੌਲ ਬਣ ਚੁੱਕਿਆ। ਨੌਜਵਾਨ ਸਾਡੇ ਨਾਲ ਨੇ ਗੱਲ ਕਰਦੇ, ਬਾਈ ਜੀ ਕਿਆ ਹਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਨੌਜਵਾਨ ਸਭਾ ਪਿੰਡ ਮੰਡੀਆਂ, ਅਤੇ ਅਸੀਂ ਸਵੇਰ ਤੋਂ ਤੁਰੇ ਹੋਏ ਹਾਂ, ਤਕਰੀਬਨ 7 ਵਜੇ ਤੁਰ ਪਏ ਸੀ ਪਿੰਡੋਂ, ਅਤੇ ਪਹਿਲਾਂ ਸਾਨੂੰ ਮਰੇਕ ਕੋਲੇ ਰੋਕਿਆ, ਉੱਥੋਂ ਬੈਰੀਕੇਟਿੰਗ ਕਹਿ ਸੁਣ ਕੇ ਵੀ ਮਸਤੂਣਾ ਸਾਹਿਬ ਸੇਵਾ ਕਰਨ ਜਾਣਾ, ਉੱਥੇ ਪਹੁੰਚੇ, ਉੱਥੋਂ ਕਾਫਲੇ ਦੇ ਵਿੱਚ ਅਸੀਂ ਬੈਰੀਕੇਡ ਤੋੜਦੇ ਹੋਏ ਇੱਥੇ ਪਹੁੰਚੇ ਹਾਂ, ਅਤੇ ਟੈਂਪੂ ਸਾਡਾ ਪਾਣੀ ਦਾ, ਸਾਡੀ ਤਾਂ ਇਹ ਸਲਾਹ ਸੀ ਵੀ ਮਸਤੂਣਾ ਸਾਹਿਬ ਤੱਕ ਹੀ ਵੀ ਸੀਮਤ ਰੱਖਣਾ, ਵੀ ਅੱਗੇ ਨਹੀਂ ਜਾਣਾ ਹੈਗਾ, ਪਰ ਹੌਸਲਾ ਦੇਖ ਕੇ ਕਾਫਲਾ ਦੇਖ ਕੇ ਸਾਡੇ 'ਚ ਵੀ ਜੋਸ਼ ਪੈਦਾ ਹੋ ਗਿਆ ਵੀ ਅਸੀਂ ਨਾਲ ਹੀ ਜਾਵਾਂਗੇ, ਚਾਹੇ ਉਰੇ ਮਹੀਨਾ ਲੱਗ ਜੇ, 10 ਦਿਨ ਜਿੰਨਾ ਟਾਈਮ ਲੱਗੇ ਅਸੀਂ ਸੇਵਾ ਤੇਲ ਫੁਲਾ ਐਂਡ ਪੂਰੀ ਕਰਾਂਗੇ ਬਾਈ। ਅਤੇ ਸਾਡੇ ਨੌਜਵਾਨ ਪਿੰਡ ਵੀ ਨੇ, ਉਹ ਸਾਨੂੰ ਕਹਿੰਦੇ ਨੇ ਫੋਨ ਆਇਆ ਵੀ ਦੱਸ ਦਿਓ ਜਦ ਕਿਸੇ ਚੀਜ਼ ਦੀ ਵੀ ਲੋੜ ਆ ਵੀ ਅਸੀਂ ਪਹੁੰਚ ਜਾਵਾਂਗੇ, ਜੇ ਉਰੇ ਰਹਿਣਾ ਉਰੇ ਕੋਈ ਸ਼ਾਮ ਨੂੰ ਵੀ, ਦੁੱਧ ਪਾਣੀ ਕੋਈ ਚੱਕਰ ਨਹੀਂ, ਜਿੰਨਾ ਟਾਈਮ ਚੱਲੂ ਧਰਨਾ ਡਟ ਕੇ ਭਾਨੇਬਾਜ਼ੀ ਦੇ ਨਾਲ ਖੜੇ ਹਾਂ, ਅਤੇ ਹਮੇਸ਼ਾ ਹੀ ਖੜੇ ਰਹਾਂਗੇ ਜੀ। ਕਿੰਨਾ ਕੁ ਚਿਰ ਫਿਰ ਵੀ ਜਿਵੇਂ ਨਾ ਇੱਕ ਸਵਾਲ ਖੜਾ ਹੋ ਜਾਂਦਾ ਹੈਗਾ, ਜਿਵੇਂ ਦਿੱਲੀ ਵੀ ਅਕਸਰ ਇੱਕ ਸਵਾਲ ਖੜਾ ਹੋ ਗਿਆ ਸੀਗਾ ਵੀ ਕਿੰਨੇ ਕੁ ਦਿਨ ਬਹਿਣਾ ਪੈ ਸਕਦਾ ਜਾਂ ਫਿਰ ਕਿੰਨਾ ਕੁ ਚਿਰ ਬੈਠੇ ਰਹਾਂਗੇ। ਹੁਣ ਜਿਵੇਂ ਇਹ ਦੇਖਿਆ ਗਾ ਵੀ ਇੱਥੇ ਅੱਜ ਲੋਕਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਹਜੇ ਇੱਥੇ ਤਾਂ ਬਹੁਤ ਘੱਟ ਇਕੱਠ ਹੈਗਾ, ਲੋਕ ਪਤਾ ਨਹੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਐਂਟਰੀਆਂ 'ਤੇ ਰੋਕੇ ਪਏ ਨੇਗੇ, ਬੈਰੀਕੇਡਿੰਗਾਂ ਦੇ ਕਰਕੇ ਰੋਕੇ ਪਏ ਨੇਗੇ, ਕਿੰਨਾ ਕੁ ਚਿਰ ਫਿਰ ਇਹ ਸੰਘਰਸ਼ ਚੱਲੂਗਾ? ਦੇਖੋ ਉਹ ਤਾਂ ਹੁਣ ਜਿਹੜੀ ਮੂਹਰੇ 11-12 ਮੈਂਬਰੀ ਕਮੇਟੀ ਹੈ ਜੀ, ਉਹਦੇ ਉਹ 'ਤੇ ਕਰਦਾ ਕਿਵੇਂ ਕਾਲ ਦਿੰਦੀ ਆ, ਪਰ ਅਸੀਂ ਆਪਦੀ ਫੁੱਲ ਤਿਆਰੀ ਨਾਲ ਆ, ਸਾਰੇ ਲੋਕ ਫੁੱਲ ਤਿਆਰੀ ਨਾਲ ਆਏ ਨੇ, ਕੋਈ ਸਾਨੂੰ ਚੱਕਰ ਨਹੀਂ, ਚਾਹੇ 10 ਦਿਨ ਬੈਠਣਾ ਪਵੇ, ਚਾਹੇ ਮਹੀਨਾ, ਚਾਹੇ ਦਿੱਲੀ ਵਾਂਗ 2 ਸਾਲ ਬੈਠਣਾ ਪੈ ਜਾਵੇ ਸਾਨੂੰ ਕੋਈ ਚੱਕਰ ਨਹੀਂ, ਅਸੀਂ ਦਿੱਲੀ ਵੀ ਡਟ ਕੇ ਸੇਵਾ ਕਰੀ ਆ, ਉਰੇ ਵੀ ਡਟ ਕੇ ਸੇਵਾ ਕਰਾਂਗੇ, ਸਾਨੂੰ ਕਿਸੇ ਦਾ ਡਰ ਨਹੀਂ ਹੈਗਾ। ਬੈਰੀਕੇਡ ਤੋੜ ਕੇ ਉਰੇ ਪਹੁੰਚੇ ਹਾਂ, ਪਰ ਉਹ ਕਿਤੇ ਗੱਲ ਨਾਲ ਹੀ ਜਾਵਾਂਗੇ, ਬਿਨਾਂ ਭਾਨੇ ਲਈ ਨਹੀਂ ਜਾਂਦੇ ਹੈਗੇ, ਅਸੀਂ ਬਿਨਾਂ ਭਾਨੇ ਤੋਂ ਲਈ ਨਹੀਂ ਜਾਂਦੇ। ਹੋਰ ਵੀ ਨੇ ਬਾਈ ਜੀ, ਮੈਂ ਤੁਹਾਨੂੰ ਪੁੱਛਣਾ ਹੋਊਗਾ, ਹੋਰ ਠੀਕ ਹੋ ਜੀ? ਠੀਕ ਹੈ ਜੀ, ਵਧੀਆ ਜੀ। ਬਾਈ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਜ਼ਰੂਰ ਚਾਹੂੰਗਾ ਜੀ, ਮੈਨੂੰ ਇੱਕ ਇਲਜ਼ਾਮ ਲਾਏ ਗਏ ਨੇਗੇ ਚੈਨੀ ਖੋਹਣ ਦਾ, 10,000 ਰੁਪਏ ਦਾ। ਤੁਹਾਨੂੰ ਲੱਗਦਾ ਯਾਰ ਵੀ ਬੰਦਾ ਲੱਖਾਂ 'ਚ ਖੇਡਣ ਵਾਲਾ ਕੋਈ ਬੰਦਾ ਕਿਸੇ ਦੀਆਂ ਚੈਨੀਆਂ ਖਾਊਗਾ ਜਾਂ ਕਿਸੇ ਤੋਂ 10,000 ਰੁਪਏ ਮੰਗੂਗਾ? ਨਹੀਂ ਨਹੀਂ, ਚੈਨੀ ਤਾਂ ਕਿਸੇ ਦੀ ਕੀ ਹੋਣੀ ਆ, ਉਹਦਾ ਉਹਨੂੰ ਭਾਨਾ ਭਗੌੜੇ ਵੀਰ ਨੂੰ ਵੀ ਕਹਿੰਦਾ ਸੀ, ਕਹਿੰਦਾ ਤਾਂ ਗਿਫਟ ਕਰਦਾ ਦੂਜੇ ਤੀਜੇ ਮਹੀਨੇ ਮੈਨੂੰ, ਉਹਨੇ ਭਾਨੇ ਸਿੱਧੂ ਨੇ ਕੀ ਖੋਣੀ ਆ ਚੈਨੀ ਕਿਸੇ ਦੀ। ਬਾਈ ਤੁਹਾਨੂੰ ਕੀ ਲੱਗਦਾ ਫਿਰ ਜਿਹੜੇ ਇਲਜ਼ਾਮ ਲਾਏ ਗਏ ਨੇ ਕਿ ਕਿਸ ਹੱਦ ਤੱਕ ਸਹੀ ਹੋ ਸਕਦਾ, ਕਿਉਂਕਿ ਨਾ ਜਿਵੇਂ ਕਹਿੰਦੇ ਸੀ ਇੱਕ ਗੱਲ ਕਹੀ ਗਈ ਸੀ 29 ਤਰੀਕ ਨੂੰ ਧਰਨੇ ਦੇ ਵਿੱਚ, ਕਹਿੰਦੇ ਯਾਰ ਇਲਜ਼ਾਮ ਲਾਉਣੇ ਸੀ, ਲੱਖਾਂ ਦੇ ਤਾਂ ਲਾ ਦਿੰਦੇ, ਕਰੋੜਾਂ ਦੇ ਤਾਂ ਲਾ ਦਿੰਦੇ, ਤੁਹਾਨੂੰ ਲੱਗਦਾ ਵੀ ਜਿਹੜੇ ਇਹ ਹੁਣ ਇਲਜ਼ਾਮ ਲਾਏ ਨੇ ਬੇਬੁਨਿਆਦ ਨੇ? ਇਹ ਤਾਂ ਬੇਬੁਨਿਆਦ ਨਹੀਂ, ਭਾਨਾ ਸਿੱਧੂ ਬਾਈ ਇਹੋ ਜਿਹਾ ਤਾਂ ਹੈ ਨਹੀਂ ਸੀਗਾ, ਜੇ ਬਾਈ ਇਹੋ ਜਿਹਾ ਹੁੰਦਾ ਤਾਂ ਫਿਰ ਪਹਿਲਾਂ ਤੋਂ ਇਹਨਾਂ ਨੇ ਜਿੰਨੇ ਮਰਜ਼ੀ ਪੈਸੇ ਲਾਏ, ਜਿਹੜੇ ਲੱਖਾਂ ਕਰੋੜਾਂ ਰੁਪਇਆ ਕਢਾਉਂਦੇ ਨੇ, ਅਗਲਾ ਦੇਣ ਨੂੰ ਵੀ ਤਿਆਰ ਨੇ, ਪਰ ਬਾਈ ਨੇ ਜਵਾਬ ਦਿੱਤਾ ਬਾਈ 4 ਕੱਪ ਵੀ ਨਹੀਂ ਕਿਸ ਤੋਂ ਪੀ ਰਿਹਾ, ਉਹ ਵੀ ਜਵਾਬ ਦੇ ਦਿੰਦਾ ਵੀ ਨਾ ਤੇਲ ਨਹੀਂ ਪਵਾ ਰਿਹਾ, ਇੰਟਰਵਿਊ ਦੇਖ ਕੇ ਬਾਈ ਦੀ
ਵੀ ਉਹਨੇ ਤੇਲ ਵੀ ਨਹੀਂ ਪਾਇਆ ਤੇ ਚਾਹ ਵੀ ਨਹੀਂ ਪੀਤੀ, ਚਾਹ ਵੀ ਨਹੀਂ ਪੀਤੀ। ਬਿਲਕੁਲ ਬਾਈ, ਜਿਵੇਂ ਮੈਂ ਦੇਖਿਆ ਗਾ ਇੱਥੇ ਨਾ ਲੋਕਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਕਈ ਥਾਵਾਂ 'ਤੇ, ਰੋਕਿਆ ਗਿਆ ਸਾਨੂੰ, ਹਾਲਾਂਕਿ ਮੀਡੀਆ ਨੂੰ ਵੀ ਰੋਕਿਆ ਗਿਆ, ਮੀਡੀਆ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਹ ਡਰ ਕਿਹੜੀ ਚੀਜ਼ ਦਾ ਹੋ ਸਕਦਾ ਫਿਰ ਬਾਈ? ਸਰਕਾਰ ਨੂੰ ਡਰ ਤਾਂ ਤੁਹਾਨੂੰ ਪਤਾ ਹੀ ਆ ਵੀ ਅਗਲੀ ਵਾਰੀ 24 ਵੋਟਾਂ MP ਦੀਆਂ ਆ ਰਹੀਆਂ ਨੇ, ਲੋਕ ਸਿਆਣੇ ਹੋ ਗਏ, ਪਹਿਲਾਂ ਬਦਲਾਵ ਹੀ ਬਦਲਾਵ ਨੂੰ ਵੋਟਾਂ ਪਾਏ ਸੀ ਆਪਾਂ ਸਾਰਿਆਂ ਨੇ, ਆਹ ਬਦਲਾਵ ਦੇਖ ਲਓ ਜੀ, ਸੜਕਾਂ 'ਤੇ ਰੋਲਦੇ ਹਾਂ, ਠੀਕ ਆ ਜੀ। ਮੈਂ ਖੁਦ ਕਹਿਣਾ ਅਸੀਂ ਬਾਹਰ ਜਾਣ, ਮੇਰੀ ਵੀ ਬਾਹਰ ਜਾਣ ਦੀ ਉਹ ਸੀ, ਪਰ ਨਹੀਂ ਆਪਾਂ ਸਾਡਾ ਵੀ ਕੋਈ ਚੱਕਰ ਨਹੀਂ, ਬਾਹਰਲਾ ਬਾਅਦ 'ਚੋਂ ਦੇਖਾਂਗੇ, ਪਹਿਲਾਂ ਭਾਨੇ ਬਾਈ ਦੇ ਨਾਲ ਖੜਾਂਗੇ। ਸਾਡੇ ਨਜ਼ਦੀਕ ਹੀ ਪਿੰਡ ਸੀ ਕੋਈ ਕੇਸ ਸੀ, ਉਹਨਾਂ ਦਾ 17-18 ਲੱਖ ਰੁਪਿਆ ਸੀ ਏਜੰਟ ਤੋਂ, ਭਾਨੇ ਸਿੱਧੂ ਨੇ 12 ਵਜੇ ਫੋਨ ਕਰਿਆ, 12:30 ਉਹਨਾਂ ਨੇ ਦੁਬਾਰੇ ਬੁਲਾ ਲਏ ਏਜੰਟ ਨੇ, ਉਹਨਾਂ ਨੇ ਵੀ ਭਾਈ ਆ ਜਾਓ ਪੈਸੇ ਲੈ ਜਾਓ, 17 ਲੱਖ ਰੁਪਿਆ ਬਾਈ ਨੇ ਦਵਾਇਆ ਉਹਨਾਂ ਦਾ, 1 ਰੁਪਿਆ ਨਹੀਂ ਲਿਆ ਹੈਗਾ ਭਾਨੇ ਬਾਈ ਨੇ, ਅਤੇ ਉਹ ਬਜ਼ੁਰਗ ਬਿਮਾਰ ਸੀ, ਥੋੜ੍ਹੇ ਜਿਹੇ ਕਰੋ, ਸਗੋਂ ਉਹਨਾਂ ਨੂੰ ਕਿਹਾ ਵੀ ਦਵਾਈ ਦਵਾਓ ਇਹਨੂੰ, ਜੇ ਨਹੀਂ ਮੇਰੀ ਗੱਡੀ ਲਾਓ ਤਾਂ ਦਵਾਈ ਦਵਾ ਕੇ ਲਿਆਓ ਪਹਿਲਾਂ ਬਜ਼ੁਰਗ ਨੂੰ, ਆਪਾਂ ਫਿਰ ਉਹ ਦੇਖਦੇ ਹਾਂ ਬਾਕੀ ਗੱਲਾਂ ਬਾਅਦ 'ਚ। ਪੈਸੇ ਲੈਣਾ ਚੈਨੀ ਖੋਣਾ ਤਾਂ ਬੇਬੁਨਿਆਦ ਉਹ ਨੇ, ਇਹ ਤਾਂ ਜਿੰਨੇ ਮਰਜ਼ੀ ਲਾਈ ਜਾਵੇ ਲੋਕ ਤਾਂ ਬਹੁਤ, ਏਜੰਟ ਤਾਂ ਕੁੱਤੇ ਦੇ ਹੱਡ ਨੇ, ਉਹ ਜਿੰਨਾ ਮਰਜ਼ੀ ਉਹਨਾਂ ਨੂੰ ਕਹਿ ਲਓ ਉਹਨਾਂ ਨੇ ਤਾਂ ਪੈਸੇ ਖਾਣੀ ਖਾਣ ਨੇ। ਇਹ ਤਾਂ ਮੈਂ ਨੌਜਵਾਨੀ ਆਪਾਂ ਕਹਿੰਦੇ ਹਾਂ ਵੀ ਇਹੋ ਜਿਹੇ ਜਿਹੜੇ ਧੋਖਾਧੜੀ ਕਰਦੇ ਨੇ ਏਜੰਟ ਉਹਨਾਂ ਦਾ ਬਚੋ, ਬਾਹਰੇ ਜਾਣਾ ਜਾਓ ਪਰ 2-3-5-6 ਸਾਲ ਕਮਾ ਕੇ ਵਾਪਸ ਪੰਜਾਬ 'ਚ ਆ ਜਾਓ, ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਓ ਜੀ, ਇਹ ਉਹ ਆ ਜੀ। ਹਾਂਜੀ ਬਜ਼ੁਰਗ, ਤੁਸੀਂ ਕਹਿ ਰਹੇ ਸੀ ਕੁਛ ਸੰਗਰੂਰ ਬਾਰੇ, ਕੁਛ ਕਹਿ ਰਹੇ ਸੰਗਰੂਰ ਦੇ ਵਿੱਚ ਹੀ ਖੜੇ ਆ, ਬਦਲੀ ਜਦੇ ਹੀ ਕਰ ਦਿੰਦੇ ਨੇ ਬੰਦੇ ਨੂੰ, ਸਿਮਰਜੀਤ ਮਾਨ ਜਿਤਾਇਆ ਪੂਰਾ ਜੀ, ਪੂਰਾ ਸਾਡਾ ਸੰਗਰੂਰ ਜ਼ਿਲ੍ਹਾ ਦਾ ਠੋਕ ਕੇ ਕਰਦਾ ਜੀ ਜ਼ਿਲ੍ਹਾ, ਹਾਂ ਜੀ ਹਾਂ ਹਾਂ, ਜਿਹੜੇ ਨੂੰ ਸੰਗਰੂਰ ਜ਼ਿਲ੍ਹਾ ਨਹੀਂ ਬੈਠਦਾ ਉਹ ਹੁਣ ਬਿੱਟੂ ਭੌਂਕੀ ਜਾਂਦਾ ਹੁੰਦਾ ਉੱਥੇ, ਇਹ ਸਾਡੇ ਸੰਗਰੂਰ ਜ਼ਿਲ੍ਹੇ 'ਚ ਖੜੇ ਜੇ ਨਾਂ ਨੂੰ ਪਲਟੇ ਦੇ ਦਈਏ, ਹਾਂ ਬੁੱਚੜ ਦੇ ਨੂੰ। ਜਿਵੇਂ ਇੱਕ ਨਾ ਭਗਵੰਤ ਮਾਨ ਵੱਲੋਂ, CM ਭਗਵੰਤ ਮਾਨ ਵੱਲੋਂ ਗੱਲ ਕਹੀ ਗਈ ਸੀਗੀ, ਕਹਿੰਦੇ ਵੀ ਨਾ ਮੇਰੀ ਸਰਕਾਰ ਦੇ ਵਿੱਚ ਕੋਈ ਧਰਨਾ ਵਗੈਰਾ ਨਹੀਂ ਮੈਂ ਲੱਗਣ ਦਿੰਦਾ, ਕਿਤੇ ਆਹੀ ਤਰੀਕੇ ਨਾਲ ਤਾਂ ਨਹੀਂ ਕਹਿੰਦਾ ਸੀਗਾ ਵੀ ਮੈਂ ਆਉਣ ਨਹੀਂ ਦੇਣਾ ਧਰਨਾ ਲਾਉਣ ਤੁਹਾਨੂੰ? ਤਾਂ ਜੀ ਬਹੁਤ ਉਹ ਕਹਿੰਦੇ, ਇਹਦਾ ਕਹਿੰਦੇ ਸੀ ਬਾਦਲਾਂ ਦੀਆਂ ਫੋਟੋ ਲੱਗੀਆਂ ਨੇ ਫਲਾਨੀਆਂ, ਹੁਣ ਇਹਦੀਆਂ 4-4 ਫੋਟੋਆਂ ਦੇ ਹੱਕ ਕਿੰਨੀਆਂ ਲੱਗੀਆਂ ਨੇ, ਇਹਦਾ ਕਹਿੰਦੇ ਮੈਂ 1 ਫੋਟੋ ਵੀ ਨਹੀਂ ਲੱਗਣ ਦਿੰਦਾ ਕਿਤੇ, ਹੈਂ ਮੈਂ ਬੋਲਦਾ ਐਂ ਕਰ ਦੂੰ ਜਿਉਂ ਕਰ ਦੂੰ ਕੁਛ ਨਹੀਂ ਹੋਣਾ ਇਹਨਾਂ ਨੂੰ ਬਸ, ਹਾਂਜੀ ਹਾਂ ਬਾਈਕਾਟ ਕਰੋ, ਸਾਰੀ ਆਮ ਆਦਮੀ ਪਾਰਟੀ ਦਾ ਬਾਈਕਾਟ ਕਰੋ, ਸਾਡਾ ਹਲਕਾ ਅਮਰਗੜ੍ਹ ਹਲਕਾ ਬਾਈ, ਠੀਕ ਆ, ਉੱਥੋਂ ਦਾ ਜਸਵੰਤ ਗੱਜਣ ਮਾਜਰੇ MLA ਆ, ਹੁਣ 3 ਮਹੀਨੇ ਹੋ ਗਏ ਉਹ 40 ਕਰੋੜ ਦੇ ਘਬਲੇ 'ਚ ਜੇਲ੍ਹ 'ਚ ਆ, ਅਸੀਂ MLA ਤੋਂ ਕੀ ਲੈਣਾ? ਪਿੰਡ ਸਾਡੇ ਪਿੰਡ ਡਾਕਖਾਨਾ ਸੀ, ਉੱਥੇ ਹੇਰਾਫੇਰੀ ਹੋ ਗਈ ਸੀ ਕੋਈ ਡਾਕਖਾਨੇ 'ਚ, ਸਾਡੇ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ MLA ਕੋਲੇ, ਕਹਿੰਦਾ ਜਿਹਨੂੰ ਵੋਟਾਂ ਪੈਣ ਤੁਸੀਂ ਉਹਦੇ ਘਰ ਜਾਓ, ਸਾਡੇ ਏਰੀਏ 'ਚ ਸਿਮਰਜੀਤ ਸਿੰਘ ਮਾਨ ਖੜਾ ਸੀ, ਸਾਡੇ ਪਿੰਡੋਂ ਮਾਨ ਸਾਹਿਬ ਜਿੱਤੇ ਸੀ ਸਿਮਰਜੀਤ ਸਿੰਘ ਮਾਨ, ਅਸੀਂ ਉਹਨਾਂ ਨੂੰ ਸਾਨੂੰ ਕਹਿੰਦਾ ਤੁਸੀਂ ਮਾਨ ਸਾਹਿਬ ਕੋਲੇ ਜਾਓ, ਤੁਹਾਨੂੰ ਉਹੀ ਹੱਲ ਕਰੂ ਤੁਹਾਡਾ, ਦੇਖੋ ਇਹ MLA ਦੀ ਵਰਡਿੰਗ ਹੈ, ਇਹ MLA ਦੇ ਬਿਆਨ ਨੇ। ਜਦੋਂ ਸਾਡੇ ਪਿੰਡ ਦੇ ਹੋਰ ਨੌਜਵਾਨ ਜਿਹੜੇ ਉੱਥੇ ਗਏ ਸੀ ਨਾਲ ਕਮੇਟੀ ਦੇ, ਉੱਥੋਂ ਦੇ ਸ਼ਾਇਦ ਉਹ ਗਰਾਹਾਂ ਜਥੇਬੰਦੀ ਦੇ ਕੋਈ ਮੈਂਬਰ ਸੀ, ਉਹ ਵੀ ਨਾਲ ਗਏ ਸੀ, ਉਹਨਾਂ ਦੇ ਸਾਹਮਣੇ ਇਹ ਗੱਲ ਕਹੀ ਸੀ, ਉਹਨੇ ਉਵੇਂ ਨਾਰਾਜ਼ ਹੋ ਕੇ ਮੁੜੇ ਨੇ ਉਹ, ਫਿਰ ਅਸੀਂ ਨੇ ਆਪ ਧਰਨੇ ਲਾ ਕੇ ਕੰਪਲੇਟਾਂ ਕਰਕੇ ਫਿਰ ਅਸੀਂ ਨੇ ਆਪ ਪੈਸੇ ਕਰੇ ਨੇ, ਪਰ MLA ਦੇ ਬਿਆਨ ਸੀ ਵੀ ਤੁਸੀਂ ਜਾਓ, ਜਿਹੜਾ ਜਿਹਨੂੰ ਜਿਤਾਇਆ ਤੁਸੀਂ ਉਹਦੇ ਕੋਲੇ ਜਾਓ ਜੀ। ਮੰਨਦਾ ਸੀਗਾ ਪਰਸੋਂ ਜੀ, ਉਦੋਂ ਸਾਨੂੰ 1 ਤਰੀਕ ਨੂੰ ਘਰੇ ਘੇਰ ਲਿਆ, ਸਾਡਾ ਪਿੰਡ ਕਲਿਆਣਾ ਜੀ ਪੱਪੂ ਸਾਡਾ ਵੀਰਾਵਾ ਮੂਹਰੇ ਲੱਗਿਆ ਹੋਇਆ, ਸਾਨੂੰ ਘਰੇ ਘੇਰ ਲਿਆ ਉਹਨਾਂ ਨੇ, ਉਦੋਂ ਜਾਣੀ ਨਿਕਲ ਨਹੀਂ ਦਿੱਤਾ ਘਰੋਂ। ਅੱਜ ਵੀ ਕਈ ਲੋਕਾਂ ਨੂੰ ਇੱਦਾਂ ਕੀਤਾ ਗਿਆ, ਅੱਜ ਤਾਂ ਆਇਆਂ ਦੀ ਆਇਆਂ ਜੀ, ਵਿੱਚ ਦੀ ਨਿੰਘ ਕੇ ਮਾਤੂਆਣੇ ਦੇ ਵਿੱਚ ਦੀ ਤੋੜ ਕੇ ਆਇਆ, ਸਾਰਾ ਤੋੜ ਕੇ ਆਇਆ। ਹਾਂਜੀ ਹਾਂ ਹਾਂ, ਕੀ ਲੱਗਦਾ ਵੀ ਜਿਹੜੇ ਇਲਜ਼ਾਮ ਲੱਗ ਰਹੇ ਨੇ ਹੋ ਸਕਦੀਆਂ ਨੇ ਇਹ ਗੱਲਾਂ? ਭਾਜੀ ਇਹ ਬਿਲਕੁਲ ਝੂਠਾ। ਦੇਖੋ ਜੀ, ਜਿਸ ਬੰਦੇ ਨੂੰ ਲੋਕ 10-10 ਲੱਖ ਦੇ ਟਰੈਕਟਰ ਗਿਫਟ ਕਰ ਰਹੇ ਨੇ, ਠੀਕ ਹੈ ਜੀ, ਗੱਡੀਆਂ ਗਿਫਟ ਹੋ ਰਹੀਆਂ ਨੇ, ਉਹ ਬੰਦਾ ਚੈਨੀ ਚੋਰੀ ਕਰੂਗਾ ਯਾਰ, ਠੀਕ ਹੈ ਜੀ। ਨੰਬਰ 2 'ਤੇ ਭਗਵੰਤ ਮਾਨ ਨੂੰ ਆਉਣ ਵਾਲੇ ਮਾਰਚ ਦੇ ਵਿੱਚ ਆਪਣੇ ਨਿਆਣੇ ਦੀ ਫਿਕਰ ਵਾ, ਉਹ ਕਿਸੇ ਮਾਨ ਦਾ ਨਿਆਣਾ ਨਹੀਂ ਹੈ, ਬਿਲਕੁਲ ਠੀਕ ਹੈ ਜੀ। ਨੰਬਰ 2 'ਤੇ ਆਪਣੇ ਜਿਹੜੇ ਕਹਿ ਰਹੇ ਵੀ ਝੂਠੇ ਪਰਚੇ ਪਾ ਰਹੇ ਜੀ, ਇੱਦਾਂ ਕਰਤੀ 10,000 ਦੀ ਇਹਨੇ ਰਿਸ਼ਵਤ ਮੰਗੀ, ਚੈਨੀ ਚੋਰੀ, ਫਲਾਨਾ ਟੈਂਕਾ ਜੋ ਵੀ, ਮੈਂ ਕਹਿੰਦਾ ਮੈਂ ਬਾਈ ਨਾਲ ਖੜਾ, ਮੇਰੇ 'ਤੇ ਭਾਵੇਂ 20 ਪਰਚੇ ਪਾ ਦੇਣ, ਮੈਂ ਪੀ ਬੱਤੀ 140 ਕਿਲੋਮੀਟਰ 'ਤੇ ਮੈਂ ਚੱਲ ਕੇ ਆਇਆ ਵਾਂ,
ਆਪਣੇ ਦੁੱਖ ਸਾਨੂੰ ਦੁੱਖ ਇਹ ਲੱਗਾ ਵੀ ਜਿਹੜੇ ਝੂਠੇ ਪਰਚੇ ਪੈ ਰਹੇ ਆ ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਜਿਹੜੇ ਝੂਠੇ ਪਰਚੇ ਪਾ ਰਹੇ ਹਾਂ ਅਤੇ ਸੋ ਭਾਨੇ ਵੀਰ ਨੂੰ ਰਿਹਾ ਕਰੋ ਅਤੇ ਹਰ ਵਕਤ ਭੀੜ ਪੈ ਰਹੀ ਆ ਇਹਨਾਂ ਨੇ ਭਾਨੇ ਭਾਈ ਬਾਈ ਨੂੰ ਇਸ ਕਰਕੇ ਅਰੈਸਟ ਕੀਤਾ ਜੋ ਡਰਾਈਵਰਾਂ ਦੇ ਕਾਨੂੰਨ ਬਣਾਏ ਸੀ ਕਿਉਂਕਿ ਲੋਕ ਸਿਰਫ ਉੱਧਰ ਨੂੰ ਹੋ ਗਏ ਸੀਗੇ ਉਹਨਾਂ ਨੇ ਉਹਨਾਂ ਦਾ ਮਨ ਭਟਕਾਉਣ ਲਈ ਭਾਨੇ ਬਾਈ ਨੂੰ ਅਰੈਸਟ ਕੀਤਾ ਠੀਕ ਹੈ ਜੀ ਜਿਹੜਾ ਲੋਕਾਂ ਦੇ ਹੱਕਾਂ ਦੇ ਵਿੱਚ ਖੜਦਾ ਆ ਉਹ 'ਤੇ ਤੁਸੀਂ ਦੁਆ ਕਰ ਰਹੇ ਹੋ ਇਹ ਗਲਤ ਵਾ ਦੇਖ ਸਕਦੇ ਕਿ ਮੈਂ ਕਹੂੰਗਾ ਇੱਕ ਵਾਰ ਪਹਿਲਾਂ ਮਾਹੌਲ ਦਿਖਾ ਦਿਓ ਜਿਹੜਾ ਇਹ ਇਸ ਸਮੇਂ ਜਿਹੜਾ ਅਸੀਂ ਸੰਗਰੂਰ ਹਾਈਵੇ ਦੇ ਉੱਤੇ ਮੌਜੂਦ ਹਾਂਗੇ ਅਤੇ ਇੱਥੇ ਲੋਕਾਂ ਦਾ ਹਜੂਮ ਵਾਧਾ ਹੋਇਆ ਨਜ਼ਰ ਆ ਰਿਹਾ ਹੈਗਾ ਅਤੇ ਲੋਕ ਇੱਥੇ ਦੂਰੋਂ ਦੂਰੋਂ ਪਹੁੰਚ ਰਹੇ ਨੇ ਕਿ ਜਿਹੜਾ ਇਸ ਸਮੇਂ ਮਾਹੌਲ ਹੈਗਾ ਇੱਥੇ ਦਿੱਲੀ ਸ਼ਿੰਗੂ ਬਾਰਡਰ ਵਾਲਾ ਬਣ ਚੁੱਕਿਆ ਹੈਗਾ ਤੋ ਦੇਖ ਸਕਦੇ ਹੋ ਕਿ ਜਿਹੜਾ ਜੇਕਰ ਆਪਾਂ ਕਿਸੇ ਵੀ ਗੱਡੀਆਂ ਦੇ ਉੱਤੇ ਨਗਰ ਮਾਰੀਆ ਇਸ ਗੱਡੀ ਦੇ ਉੱਤੇ ਜਿਵੇਂ ਪੋਸਟਰ ਲਾਇਆ ਗਿਆ ਹੈਗਾ ਇਸ ਗੱਡੀ ਦੇ ਉੱਤੇ ਜਿਵੇਂ ਪੋਸਟਰ ਲਾਇਆ ਗਿਆ ਹੈਗਾ ਕਿ ਭਾਨਾ ਸਿੱਧੂ ਨੂੰ ਰਿਹਾ ਕਰੋ ਜਿਹੜੀ ਲੋਕਾਂ ਦੀ ਇਹ ਆਵਾਜ਼ ਹੈਗੀ ਇਕੱਲੇ ਇਕੱਲੇ ਲੋਕਾਂ ਦੀ ਆਵਾਜ਼ ਉਹਨਾਂ ਦੇ ਜ਼ੁਬਾਨ ਦੇ ਜ਼ਰੀਏ ਜਾਂ ਫਿਰ ਉਹਨਾਂ ਦੇ ਰੋਸ ਦੇ ਜ਼ਰੀਏ ਲੋਕਾਂ ਸਾਹਮਣੇ ਆ ਰਹੀ ਹੈ ਸੋ ਹੁਣ ਇਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਚਿਰ ਇਹ ਜਿਹੜਾ ਮੋਰਚਾ ਹੈਗਾ ਇੱਥੇ ਲੱਗਿਆ ਰਹੂਗਾ ਅਤੇ ਕੀ ਸਿੱਟੇ ਨਿਕਲਦੇ ਨੇ।